ਨਵੀਂ ਸਰਕਾਰ ਚ ਆ ਚੁੱਕੇ ਨੇ ਸਾ ਪ੍ਰਗਟ ਸਿੰਘ ਮਿਨਿਸਟਰ ਸਨ ਉਹ ਉਸ ਗੱਡੀ ਦੀ ਗੱਲ ਕਰਦੇ ਸਾ ਪ੍ਰਗਟ ਸਿੰਘ ਦੀ ਪ੍ਰਾਈਵੇਟ ਗੱਡੀ ਤੇ ਵਾਪਸ ਲੈ ਹੀ ਨਹੀਂ ਕੁਝ ਕੀਤਾ ਉਹ ਤੇ ਆਲਰੇਡੀ ਸਾਰਿਆਂ ਦੀ ਡਿਪੋਜ਼ਿਟ ਹੋਈ ਉਹ ਤੇ ਉਸੇ ਦਿਨ ਹੀ ਹੋ ਜਾਂਦੀ ਹੈ ਸ਼ਾਮ ਉਹ ਇਹ ਸੁਣ ਮੈਂ ਸਮਝਦਾ ਕਿ ਬੇਬੁਨਿਆਦੀ ਕਰਦੇ ਇਟ ਡਸਨਟ ਲੁੱਕ ਪ੍ਰੋਪਰ ਜੇ ਲੈਣੀਆਂ ਨੇ ਫਿਰ ਦਮ ਰੱਖੋ ਲੈਣ ਦਾ ਫਿਰ ਇਹ ਕਹੋ ਕਿ ਹਾਂ ਲੈਣੀ ਹੈ ਸਾਡੇ ਮਿਨਿਸਟਰ ਨੂੰ ਦੇਣੀਆਂ ਨੇ ਐਂਡ ਆਰਡਰ ਇਹਨਾਂ ਨੇ ਬਕਾਇਦਾ ਤੌਰ ਸਾਈਨ ਕੀਤਾ ਸੀ ਅੱਜ ਦੇ ਰਾਮ ਰੌਲੇ ਤੋਂ ਬਾਅਦ ਇਹ ਮੁੱਕਰ ਗਏ ਹੋ ਸਕਦਾ ਮਹੀਨਾ ਡੇਢ ਹੋਰ ਉਡੀਕ ਕੇ ਮਗਰੋਂ ਫਿਰ ਫਾਈਲ ਕਲੀਅਰ ਕਰ ਦਿੱਤੀ। बीते दिन कांग्रेस हाई कमान द्वारा विधायक प्रताप सिंह बाजवा नूं लीडर ऑफ ऑपोजिशन बनाया गया है जिस दे बाद प्रताप सिंह बाजवा पहली बार जलंधर पुजे। मीडिया नाल गलबात करदे उन्हां दा कहना है कि हाई कमान द्वारा सौंपी गई जिम्मेवारी संगठन नूं मजबूत करन दे लई दिन रात इक कन्न गए ओह दुआबे दे नेतावां नूं मिले हन अते उन्हां नाल गलबात कीती है। भगवंत मान द्वारा जलंधर विच पहुंच के प्रगट सिंह की गड्डी वापस लैण दे मामले ते उन्हां दा कहना है कि प्रगट सिंह पहले दिन ही गड्डी वापस कर चुके हैं। इस दे नाल ही उन्होंने सुनील जाखड़ नूं अनुसूचित जाति मिशन द्वारा मिले नोटिस ते उन्हां दा कहना है कि उन्हां नूं इस बारे कोई भी जानकारी नहीं है। ਨਵੀਂ ਸਰਕਾਰ ਚ ਆ ਚੁੱਕੇ ਨੇ ਸਾ ਪ੍ਰਗਟ ਸਿੰਘ ਮਿਨਿਸਟਰ ਸਨ ਉਹ ਉਸ ਗੱਡੀ ਦੀ ਗੱਲ ਕਰਦੇ ਸਾ ਪ੍ਰਗਟ ਸਿੰਘ ਦੀ ਪ੍ਰਾਈਵੇਟ ਗੱਡੀ ਤੇ ਵਾਪਸ ਲੈ ਹੀ ਨਹੀਂ ਕੁਝ ਕੀਤਾ ਉਹ ਤੇ ਆਲਰੇਡੀ ਸਾਰਿਆਂ ਦੀ ਡਿਪੋਜ਼ਿਟ ਹੋਈ ਉਹ ਤੇ ਉਸੇ ਦਿਨ ਹੀ ਹੋ ਜਾਂਦੀ ਹੈ ਸ਼ਾਮ ਉਹ ਇਹ ਸੁਣ ਮੈਂ ਸਮਝਦਾ ਕਿ ਬੇਬੁਨਿਆਦੀ ਕਰਦੇ ਇਟ ਡਸਨਟ ਲੁੱਕ ਪ੍ਰੋਪਰ ਜੇ ਲੈਣੀਆਂ ਨੇ ਫਿਰ ਦਮ ਰੱਖੋ ਲੈਣ ਦਾ ਫਿਰ ਇਹ ਕਹੋ ਕਿ ਹਾਂ ਲੈਣੀਆਂ ਸਾਡੇ ਮਿਨਿਸਟਰ ਨੂੰ ਦੇਣੀਆਂ ਨੇ ਐਂਡ ਆਰਡਰ ਇਹਨਾਂ ਨੇ ਬਕਾਇਦਾ ਤੌਰ ਸਾਈਨ ਕੀਤਾ ਸੀ ਅੱਜ ਦੇ ਰਾਮ ਰੌਲੇ ਤੋਂ ਬਾਅਦ ਇਹ ਮੁੱਕਰ ਗਏ ਨੇ ਹੋ ਸਕਦਾ ਮਹੀਨਾ ਡੇਢ ਹੋਰ ਉਡੀਕ ਕੇ ਮਗਰੋਂ ਫਿਰ ਫਾਈਲ ਕਲੀਅਰ ਕਰ ਦਿੱਤੀ। राशन ਦੇ ਵਿੱਚ ਜਾਂ ਤੇ ਕੋਈ ਚੀਜ਼ ਐਡ ਕਰੋ ਕਿ ਅਸੀਂ ਆਹ ਚੀਜ਼ ਸਪੈਸੀਫਿਕਲੀ ਲੋਕਾਂ ਨੂੰ ਹੋਰ ਦਵਾਂਗੇ ਉਹ ਤਾਂ ਕੋਈ ਦਿੱਤੀ ਨਹੀਂ। ਘਰਾਂ ਦੇ ਵਿੱਚ ਅੱਗੇ ਵੀ ਡੀਪੂ 50-100 ਗਜ਼ ਤੋਂ ਦੂਰ ਤੇ ਕਿਸੇ ਤੇ ਹੈ ਹੀ ਨਹੀਂ ਤੋ ਇਹ ਕੁਝ 16 ਨੂੰ ਇਹਨਾਂ ਕੋਲ ਕੀ ਹੈ ਜਿਹੜਾ ਪਹਿਲਾ ਪ੍ਰੋਮਿਸ ਸੀ ਮੈਂ ਤਾਂ ਤਾਂ ਮੰਨਾਂਗਾ ਪਹਿਲਾ ਪ੍ਰੋਮਿਸ ਪੂਰਾ ਕਰਨ ਲੋਕਾਂ ਨੂੰ ਕਿਹਾ ਸੀ 300 ਯੂਨਿਟ ਦੇਵਾਂਗੇ ਪਹਿਲੇ ਦਿਨ ਫਿਰ ਇਹ ਗੱਲ ਕਹੀ ਸੀ ਕਿ ਬਰਗਾੜੀ ਤੇ ਬਹਿਬਲ ਕਲਾ ਦੇ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਲੋਕਾਂ ਦਾ ਚਿਹਰਾ ਬੇਨਕਾਬ ਕਰਾਂਗੇ ਤੇ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਮੈਨੂੰ 24 ਘੰਟੇ ਚਾਹੀਦੇ ਨੇ ਅੱਜ ਤੇ 1.5 ਮਹੀਨਾ ਹੋ ਗਿਆ ਕੋਈ ਬੇਨਕਾਬ ਨਹੀਂ ਹੋਇਆ ਸਗੋਂ ਔਨ ਦੀ ਕੰਟਰੀ ਜਿਹੜੇ ਅਫਸਰ ਨੇ 10 ਸਾਲ ਦੀ ਨੌਕਰੀ ਛੱਡੀ ਸੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਆਪ ਜੁਆਇਨ ਕੀਤੀ ਸੀ ਤੇ ਜਿਨ੍ਹਾਂ ਅਫਸਰਾਂ ਦੇ ਖਿਲਾਫ ਉਹਨਾਂ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸੀ ਉਹ ਦੋਨੋਂ ਅਫਸਰਾਂ ਨੂੰ ਟੌਪ ਪੋਜੀਸ਼ਨ 'ਚ ਲਗਾ ਦਿੱਤਾ ਗਿਆ ਸੋ ਦੇ ਆਰ ਟੋਟਲੀ ਜੋ ਇਹ ਕਹਿ ਰਹੇ ਨੇ ਉਹਦੇ ਉਲਟ ਕੰਮ ਕੀਤਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਦਿੱਲੀ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਚੰਨੀ ਸਾਹਿਬ ਨੇ ਆਪਣੀ ਗੱਲ ਆਪ ਰੱਖੀ ਹੈ ਚੰਨੀ ਸਾਹਿਬ ਹੀ ਇਹਦਾ ਜਵਾਬ ਦੇ ਸਕਦਾ ਹੈ ਕਿ ਨੋਟਿਸ ਜੋ ਜਾਰੀ ਕੀਤਾ ਕੀ ਕੀਤਾ ਇਸ ਗੱਲ ਕਰ ਰਹੇ ਮੈਨੂੰ देश दुनिया दी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।